ਐਵੇਂ ਮੂੰਹ ਚੱਕ ਕੇ ਮਤਲਬ ਨਾ ਕਰਦਾ ਕਰੋ। ਤੁਹਾਨੂੰ ਸਭ ਨੂੰ ਪਤਾ ਕਿ ਮਤਲਬ ਮੇਰੇ ਦਿਲ 'ਤੇ ਕੀ ਬੀਤਰੀ ਹੋਣੀ ਹੈ। ਆਪਣੇ ਫੇਮ ਦੇ ਚੱਕਰਾਂ ਦੇ ਵਿੱਚ, ਦੋ ਵਿਊ ਵਧਾਉਣ ਦੇ ਚੱਕਰਾਂ 'ਚ ਉਹ ਚੱਕ ਚੱਕ ਕੇ ਕਵਰ ਲਾਈ ਜਾਂਦੇ ਆ, ਚੱਕ ਚੱਕ ਕੇ ਕੁਛ ਨਾ ਕੁਛ ਪੁੱਠਾ ਸਿੱਧਾ ਜੋ ਦਿਮਾਗ 'ਚ ਆਉਂਦਾ। ਮਾਸੀ ਜੀ ਵੀ ਉਦੋਂ ਉੱਥੇ ਹੀ ਸੀਗੇ, ਹਾਲਾਂਕਿ ਮੈਰਿਜ ਵੀ ਹੋਣ ਵਾਲੀ ਸੀ ਉਹਨਾਂ ਦੀ। ਘੱਟ ਤੋਂ ਘੱਟ ਮਾਤਾ ਜੀ ਨੇ ਮੈਨੂੰ 45 ਤੋਂ 1 ਘੰਟਾ ਤੱਕ ਟਾਈਮ ਦਿੱਤਾ। ਮੈਂ ਬੈਠੀ ਉੱਥੇ, ਕਾਫੀ ਗੱਲਾਂ ਸਾਂਝੀਆਂ ਹੋਈਆਂ, ਬਹੁਤ ਕੁਛ ਨਿਕਲ ਕੇ ਸਾਹਮਣੇ ਵੀ ਆਇਆ। ਉਹ ਜਿਹੋ ਜਿਹੇ ਜੋ ਉਹਦੇ ਦਿਲ 'ਚ ਆਉਂਦਾ ਸੀ ਉਹ ਕਰ ਦਿੰਦਾ। ਉਹਨਾਂ ਨੇ ਮੈਨੂੰ ਵੇਖਣ ਸਾਰੀ ਕਿਹਾ ਸੀ ਤੈਨੂੰ ਮੈਂ ਦੇਖਿਆ ਹੋਇਆ ਪੁੱਤ ਕਿਤੇ। ਮੈਂ ਕਿਹਾ ਬਾਪੂ ਜੀ ਤੁਸੀਂ ਉੱਥੇ ਲੋਕਡਾਊਨ ਹੋਣ ਦੀ ਵਜ੍ਹਾ ਨਾਲ ਉਹਨਾਂ ਨੂੰ ਇੱਥੇ ਆਉਣਾ ਪਿਆ ਇੰਡੀਆ 'ਚ। ਮੈਨੂੰ ਮੈਂ ਉੱਤੇ ਲਿਖਿਆ ਵੀ ਹੈ ਕਿ ਹਾਂ ਵੀ ਮੈਂ ਕਿਤੇ ਲਿਖੀ ਜਾਂਦੇ ਹੋ ਭੈਣ ਆ, ਕਿਤੇ ਲਿਖੀ ਜਾਂਦੇ ਹੋ ਵਾਈਫ ਹੈ। ਹਾਲਾਂਕਿ ਜਿੱਥੇ ਮੈਂ ਫੋਟੋਆਂ ਪਾਈਆਂ ਬੇਬੇ ਅਤੇ ਬਾਪੂ ਦੇ ਨਾਲ, ਠੀਕ ਹੈ, ਉੱਥੇ ਇਹੀ ਕਮੈਂਟ ਨੇ, ਫੇਮ ਹੈ, ਇਹ ਹੈ, ਝੂਠ ਬੋਲਦੀ ਹੈ, ਇਹ ਘਰ ਵਾਲੀ ਹੈ, ਇਹ ਇੱਦਾਂ ਆ, ਫਿਰ ਵੀ ਦੁਨੀਆਂ ਤਾਂ ਹੀ ਮਿਰਚਾਂ ਲੱਗਦੀਆਂ, ਤਾਂ ਕਰਕੇ ਦੁਨੀਆਂ ਤੁਹਾਨੂੰ ਪਤਾ ਹੀ ਹੈ ਫਿਰ ਕੀ ਕਰ ਰਹੀ ਅੱਗੇ। ਅਤੇ ਜਿਹੜੇ ਮਾਂ ਬਾਪ ਆ ਉਹ ਤਾਂ ਵਿਚਾਰੇ ਇੱਕੋ ਗੱਲ ਕਹਿ ਰਹੇ ਸੀ ਵਾਰੀ ਵਾਰੀ, ਨਹੀਂ ਤਾਂ ਉਹਨਾਂ ਦਾ ਵੀ ਉਹੀ ਹਾਲ ਹੋਣਾ ਸੀ ਜੋ ਸਿੱਧੂ ਦਾ ਹਾਲ ਹੋਇਆ, ਵੀ ਕਮ ਸੇ ਕਮ ਮਾਤਾ ਜੀ ਨੂੰ ਸੰਭਾਲਣ ਵਾਸਤੇ ਘਰੇ ਕੋਈ ਤਾਂ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੱਤੀ, ਤੁਸੀਂ ਵੇਖ ਰਹੇ ਹੋ ਚੈਨਲ ਸੱਤ ਰੰਗ, ਅਤੇ ਚੈਨਲ ਸੱਤ ਰੰਗ 'ਤੇ ਤੁਸੀਂ ਮੇਰੇ ਨਾਲ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ 'ਚੋਂ ਗੱਲ। ਅਤੇ ਗੱਲਾਂ 'ਚੋਂ ਗੱਲ ਦੇ ਵਿੱਚ ਅਸੀਂ ਹਰ ਵਾਰ ਕਿਸੇ ਨਾ ਕਿਸੇ ਨਵੇਂ ਵਿਸ਼ੇ 'ਤੇ ਗੱਲ ਕਰੀਦੀ ਹੈ, ਅਤੇ ਅੱਜ ਦਾ ਸਾਡਾ ਵਿਸ਼ਾ ਹੈ ਸਿੱਧੂ ਮੂਸੇਵਾਲਾ। ਆਪਾਂ ਸਾਰੇ ਜਾਣਦੇ ਹਾਂ ਕਿ ਤਕਰੀਬਨ 2 ਮਹੀਨੇ ਹੋ ਚੁੱਕੇ ਹੈ, ਅੱਜ 29 ਜੁਲਾਈ ਹੈਗੀ ਹੈ, ਅਤੇ 29 ਮਈ ਨੂੰ ਸਿੱਧੂ ਮੂਸੇਵਾਲੇ ਦੀ ਜਿਹੜਾ ਹੈਗਾ ਉਹ ਕਤਲ ਹੋਇਆ ਸੀਗਾ, ਅਤੇ ਅੱਜ ਪੂਰੇ 2 ਮਹੀਨੇ ਹੋ ਚੁੱਕੇ ਉਸ ਚੀਜ਼ ਨੂੰ, ਅਤੇ ਅਜੇ ਤੱਕ ਜਿਹੜਾ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ, ਅਜੇ ਤੱਕ ਜਿਹੜੇ ਕਾਤਲ ਨੇ ਉਹ ਪੂਰੇ ਲੱਭ ਕੇ ਉਹਨਾਂ ਨੂੰ ਸਜ਼ਾ ਨਹੀਂ ਮਿਲੀ ਹੈਗੀ, ਅਤੇ ਅਜੇ ਤੱਕ ਜਿਹੜੇ ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲੇ ਹੈ ਉਹਨਾਂ ਦੇ ਦਿਲਾਂ ਦੇ ਵਿੱਚ ਅਜੇ ਤੱਕ ਵੀ ਉਸ ਚੀਜ਼ ਨੂੰ ਲੈ ਕੇ ਬਹੁਤ ਵੱਡਾ ਇੱਕ ਗਿਲਾ ਹੈ ਸਰਕਾਰਾਂ ਨਾਲ। ਅਤੇ ਇਸ ਦੇ ਨਾਲ ਸੋਸ਼ਲ ਮੀਡੀਆ ਉੱਤੇ ਆਏ ਦਿਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵਾਇਰਲ ਹੁੰਦੀਆਂ ਨੇ, ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵੀ ਹੁੰਦੀਆਂ ਨੇ ਜੋ ਹੁੰਦੀਆਂ ਕੁਝ ਹੋਰ ਨੇ ਅਸਲ ਦੇ ਵਿੱਚ, ਬਟ ਵਾਇਰਲ ਉਹ ਕੁਝ ਗਲਤ ਕਹਿ ਕੇ ਕਰ ਦਿੱਤੀਆਂ ਜਾਂਦੀਆਂ ਨੇ। ਸੋ ਐਸੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਪਿਛਲੇ ਦਿਨਾਂ ਤੋਂ, ਜਿਸ ਦੇ ਵਿੱਚ ਕਿ ਇੱਕ ਲੜਕੀ ਜਾ ਕੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਮਿਲਦੀ ਹੈ, ਅਤੇ ਉਸ ਤਸਵੀਰ ਨੂੰ ਫਿਰ ਸੋਸ਼ਲ ਮੀਡੀਆ ਉੱਤੇ ਇਹ ਕਹਿ ਕੇ ਵਾਇਰਲ ਕਰ ਦਿੱਤਾ ਜਾਂਦਾ ਹੈ ਕਿ ਉਹ ਸਿੱਧੂ ਮੂਸੇਵਾਲੇ ਦੀ ਮੰਗੇਤਰ ਸੀ। ਸੋ ਉਹ ਲੜਕੀ ਅੱਜ ਸਾਡੇ ਨਾਲ ਮੌਜੂਦ ਹੈ, ਮੈਂ ਸਵਾਗਤ ਕਰਦਾ ਪੰਜਾਬੀ ਫਿਲਮ ਅਦਾਕਾਰਾ ਜਸਕੁੰਜ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੱਤੀ ਜੀ, ਐਂਡ ਸਤਿ ਸ਼੍ਰੀ ਅਕਾਲ ਚੈਨਲ ਸਤਰੰਗ ਦੇਖਣ ਵਾਲੇ ਸਾਰੇ ਆਡੀਅੰਸ ਨੂੰ। ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਬਸ ਵਧੀਆ। ਤੇ ਕਿਵੇਂ ਲਾਈਫ? ਕਿਵੇਂ ਲਾਈਫ? ਬਹੁਤ ਵਧੀਆ ਚੱਲ ਰਹੀ ਹੈ, ਅਪ ਐਂਡ ਡਾਊਨ ਆਉਂਦੇ ਰਹਿੰਦੇ ਆ, ਜਿਵੇਂ ਹਾਲਾਂਕਿ ਹੁਣੇ 2 ਮਹੀਨੇ ਹੋ ਚੁੱਕੇ ਹੈ ਇਸ ਚੀਜ਼ ਨੂੰ ਕਿ ਆਪਾਂ ਜਿਵੇਂ ਭੁੱਲ ਜੇ ਗਏ, ਐਂ ਲੱਗਦਾ ਮੈਨੂੰ ਵੀ ਆਪਾਂ ਇਨਸਾਫ ਲਈ ਅੱਗੇ ਨਹੀਂ ਖੜੇ, ਵੀ ਸਾਨੂੰ ਵੀ ਇਕੱਠੇ ਹੋਣਾ ਚਾਹੀਦਾ ਹੈ ਵੀ ਸਾਰੇ ਕਲਾਕਾਰ ਭਾਈਚਾਰੇ ਨੂੰ ਕਿ ਹਾਂ ਵੀ ਇੱਕ ਵਾਰੀ ਫਿਰ ਮੁੜ ਕੇ ਆਪਾਂ ਇਨਸਾਫ ਦੀ ਗੱਲ ਕਰੀਏ। ਹਾਲਾਂਕਿ ਪੂਰੇ ਕਾਤਲ ਫੜੇ ਨਹੀਂ ਗਏ, ਤੇ ਮੈਂ ਇਹੀ ਉਮੀਦ ਕਰਦੀ ਹਾਂ ਪਲੀਜ਼ ਛੇਤੀ ਤੋਂ ਛੇਤੀ ਜਿੰਨਾ ਵੀ ਹੋ ਸਕੇ ਫੜੇ ਜਾਣ। ਬੜਾ ਦੁੱਖ ਲੱਗਦਾ ਹੈ ਦੇਖ ਕੇ ਵੀ ਆਪਾਂ ਇਕੱਠੇ ਨਹੀਂ ਹੋ ਪਾ ਰਹੇ। ਬਿਲਕੁਲ ਸਹੀ ਗੱਲ ਕਹੀ, ਕਿਉਂਕਿ ਜਿਹੜੇ ਆਪਣੇ ਪੰਜਾਬੀਆਂ ਦਾ ਜਾਂ ਕਹਿ ਲਓ ਕਿ ਜਿਹੜੀ ਦੁਨੀਆਦਾਰੀ ਦੀ ਰੀਤ ਹੈ ਨਾ, ਬਹੁਤ ਛੇਤੀ ਆਪਾਂ ਕੋਈ ਵੀ ਚੀਜ਼ ਹੈਗੀ ਆ ਥੋੜ੍ਹੇ ਕੁ ਟਾਈਮ ਬਾਅਦ ਭੁੱਲ ਜਾਂਦੇ ਹਾਂ, ਹੈ ਨਾ, ਜੋ ਕਿ ਗਲਤ ਗੱਲ ਹੈ। ਜਿਵੇਂ ਆਪਾਂ ਦੀਪ ਸਿੱਧੂ ਦੀ ਵੀ ਗੱਲ ਕਰ ਲਈਏ ਬਾਈ ਦੀ, ਕਿ ਉਹ ਵੀ ਸਾਨੂੰ ਜਦੋਂ ਹੈ ਨਾ ਅਲਵਿਦਾ ਆ ਗਏ, ਉਸ ਤੋਂ ਬਾਅਦ ਮਤਲਬ ਕਿ ਲੋਕਾਂ ਨੇ ਥੋੜ੍ਹੀ ਦੇਰ ਵਾਸਤੇ ਦੀਪ ਸਿੱਧੂ ਕੀਤੀ, ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਭੁੱਲਦੇ ਚਲੇ ਗਏ। ਇਸੇ ਤਰੀਕੇ ਸਿੱਧੂ ਮੂਸੇਵਾਲਾ, ਹਾਲਾਂਕਿ ਸਿੱਧੂ ਮੂਸੇਵਾਲੇ ਦਾ ਨਾਮ ਜਿਹੜਾ ਹੈਗਾ ਇੰਟਰਨੈਸ਼ਨਲ ਲੈਵਲ 'ਤੇ ਐਸਾ ਗੂੰਜਦਾ ਕਿ ਉਹਨੇ ਇੱਕ ਅਲੱਗ ਹੀ ਜਗ੍ਹਾ ਦਿਲ ਦੇ ਵਿੱਚ ਬਣਾਈ ਹੋਈ ਹੈ। ਤਾਂ ਹੀ ਕਹਿੰਦੇ ਨਾ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ। ਉਹ ਵਾਕਈ ਉਹ ਬੰਦਾ ਹਰ ਇੱਕ ਦੇ ਦਿਲਾਂ ਦੇ ਵਿੱਚ ਰਾਜ ਕਰਦਾ, ਹੈ ਨਾ। ਪਰ ਸਾਡੀ ਸਰਕਾਰ ਵੱਲ ਵੀ ਇਹੀ ਮੰਗ ਹੈਗੀ ਹੈ ਕਿ ਜਲਦ ਤੋਂ ਜਲਦ ਜਿਹੜੇ ਉਹਨਾਂ ਦੇ ਕਾਤਿਲ ਨੇ ਉਹ ਸਾਰੇ ਫੜ ਕੇ ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਦਿੱਤੀ ਜਾਵੇ ਅਤੇ ਪਰਿਵਾਰ ਨੂੰ ਪੂਰੇ ਨੂੰ ਇਨਸਾਫ਼ ਮਿਲੇ। ਅਤੇ ਜਸਗੁਣ, ਤੁਸੀਂ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਹਾਈਲਾਈਟਿਡ ਹੋ, ਤੁਹਾਡੀ ਇੱਕ ਤਸਵੀਰ ਜਿਹੜੀ ਹੈਗੀ ਉਹਨੇ ਸਾਰੇ ਪਾਸੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਕੇ ਰੱਖ ਦਿੱਤਾ। ਪਹਿਲਾਂ ਤਾਂ ਮੈਂ ਜਾਣੂੰਗਾ ਕਿ ਕੀ ਅਸਲ ਦੇ ਵਿੱਚ ਜਸਕੁਨ ਪਹਿਲਾਂ ਤੋਂ ਪਰਿਵਾਰ ਨਾਲ ਜਾਣਦੀ ਸੀ ਜਾਂ ਮਤਲਬ ਕਿ ਮਿਲਣ ਵੈਸੇ ਗਏ ਸੀ? ਦੇਖੋ, ਮੈਂ ਇਸ ਦੇ ਬਾਰੇ ਬਹੁਤ ਵੱਡਾ ਅਫਸੋਸ ਪ੍ਰਗਟ ਕਰਦੀ ਹਾਂ ਕਿ ਕਿਸੇ ਨੇ ਮੇਰੀ, ਜਿਵੇਂ ਮੈਂ ਆਪਣੇ ਪਰਸਨਲ ਲੈਵਲ 'ਤੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਲੀਅਰ ਕਰਦਾ, ਜਿਵੇਂ ਮੈਂ ਉਹਨਾਂ ਦੇ ਪਰਿਵਾਰ ਨੂੰ ਮਿਲਣ ਗਈ, ਫਸਟ ਟਾਈਮ ਗਈ ਸੀ ਹਾਲਾਂਕਿ ਮਿਲਣ, ਕਿ ਮੇਰੇ ਬ੍ਰਦਰ ਖੁਦ ਆਰਮੀ ਦੇ ਵਿੱਚ ਨੇ, ਸਾਨੂੰ ਇੰਨੀ ਜ਼ਿਆਦਾ ਦੇਰ ਨਹੀਂ ਹੋਈ, ਸਿੱਧਾ ਕਾਰਡ ਵਿਖਾਇਆ ਅਤੇ ਅੰਦਰ ਐਂਟਰੀ ਮਿਲ ਗਈ। ਅਸੀਂ ਜਿੱਦਾਂ ਹੀ ਉਹਦੇ ਪਰਿਵਾਰ ਨੂੰ ਮਿਲੇ ਅਤੇ ਬੜਾ ਦੁੱਖ ਪ੍ਰਗਟ ਕੀਤਾ, ਘੱਟ ਤੋਂ ਘੱਟ ਮਾਤਾ ਜੀ ਨੇ ਮੈਨੂੰ 45 ਤੋਂ 1 ਘੰਟਾ ਤੱਕ ਟਾਈਮ ਦਿੱਤਾ। ਮੈਂ ਬੈਠੀ ਉੱਥੇ, ਕਾਫੀ ਗੱਲਾਂ ਸਾਂਝੀਆਂ ਹੋਈਆਂ, ਬਹੁਤ ਕੁਛ ਨਿਕਲ ਕੇ ਸਾਹਮਣੇ ਵੀ ਆਇਆ, ਜਿੱਦਾਂ ਮਾਤਾ ਜੀ ਖੁਦ ਹੀ ਕਹਿ ਰਹੇ ਸੀਗੇ ਵੀ ਹਲੇ ਉਹ ਨਿਆਣਮਤ ਸੀਗਾ, ਉਹਨੂੰ ਹਲੇ ਦੁਨੀਆਦਾਰੀ ਦਾ ਪਤਾ ਨਹੀਂ ਸੀ, ਉਹ ਜਿਹੋ ਜਿਹੇ ਜੋ ਉਹਦੇ ਦਿਲ 'ਚ ਆਉਂਦਾ ਸੀ ਉਹ ਕਰ ਦਿੰਦਾ ਸੀ, ਮਤਲਬ ਸਿੱਧਾ ਬੰਦਾ ਸੀ ਇੱਕ, ਠੀਕ ਹੈ, ਜੋ ਵੀ ਲਿਖਦਾ ਸੀ ਉਹ ਸੱਚ ਲਿਖਦਾ ਸੀ। ਤੁਸੀਂ ਉਹਦੇ ਗਾਣੇ ਵੇਖ ਲਓ, ਚਾਹੇ ਪੁਰਾਣੇ ਵੇਖ ਲਓ, ਚਾਹੇ ਨਵੇਂ ਦੇਖ ਲਓ, ਸਾਰੇ ਵਿੱਚ ਉਹਨੇ ਸੱਚਾਈ ਲਿਖੀ ਹੈ ਵੀ ਸਾਰੇ ਗਾਣੇ ਉਹਦੇ ਗਾਣੇ ਹੈ ਹੀ ਨਹੀਂ ਕਿਸੇ ਹਿਸਾਬ ਨਾਲ, ਉਹ ਸਾਰੇ ਗਾਣੇ ਐਂ ਲੱਗਦੇ ਜਿਵੇਂ ਅਸਲੀਅਤ ਦੱਸ
ਉਹਦੇ ਜਦੋਂ ਗਾਣੇ ਚੱਲਦੇ ਹੈ ਕਿ ਮਤਲਬ ਬੰਦੇ ਨੇ ਲਿਖਿਆ ਕੀ ਸੀ, ਲਿਰਿਕਸ ਦੇਖ ਰਹੇ ਹਾਂ ਹੁਣ। ਪਹਿਲਾਂ ਆਪਾਂ ਸੁਣਦੇ ਸੀ ਮਿਊਜ਼ਿਕ, ਬਟ ਹੁਣ ਦੁਨੀਆ ਕੀ ਸਮਝਦੀ ਹੈ? ਲਿਰਿਕਸ। ਲਿਰਿਕਸ ਕਿਹਦੇ ਚੰਗੇ? ਸਿੱਧੂ ਮੂਸੇਵਾਲੇ ਦੇ, ਉਹਦੇ ਦੇਖਦੀ ਹੈ। ਮੈਂ ਜਦੋਂ ਉਹਨਾਂ ਦੇ ਘਰ ਗਈ, ਉਹਨਾਂ ਦੀ ਮਾਤਾ ਜੀ ਨੂੰ ਮਿਲੀ, ਕਾਫੀ ਟਾਈਮ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਦੇ। ਹਾਲਾਂਕਿ ਮਤਲਬ ਕਿ ਉਸ ਟਾਈਮ ਮਾਹੌਲ ਨਹੀਂ ਸੀਗਾ, ਬਿਲਕੁਲ ਕਿ ਇੱਕ ਐਂ ਨਹੀਂ ਕਹਿ ਸਕਦੇ ਕਿ ਆਪਾਂ ਫੋਟੋਆਂ ਕਰਵਾਉਣ ਗਏ ਸੀ ਜਾਂ ਕੁਛ। ਮੇਰਾ ਬ੍ਰਦਰ ਮੇਰੇ ਨਾਲ ਗਿਆ ਸੀ, ਉਹਨੂੰ ਜਿਵੇਂ ਠੀਕ ਲੱਗਿਆ ਉਹਨੇ ਫੋਟੋਆਂ ਕਲਿੱਕ ਕਰ ਲਈਆਂ। ਐਂਡ ਉਸ ਤੋਂ ਬਾਅਦ ਜਦੋਂ ਮੈਂ ਬਾਪੂ ਜੀ ਨੂੰ ਮਿਲੀ ਹੈ, ਬਾਪੂ ਜੀ ਪੂਰੇ ਮਤਲਬ ਕਿ ਉਸ ਹੋਸ਼ 'ਚ ਨਹੀਂ ਸੀਗੇ ਕਿ ਮੇਰੇ ਨਾਲ ਪ੍ਰੋਪਰ ਗੱਲ ਕਰ ਸਕਣ, ਅਤੇ ਬਲਕਿ ਉਹ ਇਸ ਦੁੱਖ ਵਿੱਚ ਬੈਠੇ ਹੋਏ ਸੀ ਉਸ ਟਾਈਮ 'ਤੇ। ਜਦੋਂ ਮੈਂ ਉਹਨਾਂ ਨਾਲ ਗੱਲ ਸ਼ੁਰੂ ਕੀਤੀ, ਉਹਨਾਂ ਨੇ ਮੈਨੂੰ ਵੇਖਣ ਸਾਰ ਹੀ ਕਿਹਾ ਸੀ ਤੈਨੂੰ ਮੈਂ ਦੇਖਿਆ ਹੋਇਆ ਪੁੱਤ ਕਿਤੇ। ਮੈਂ ਕਿਹਾ ਬਾਪੂ ਜੀ ਤੁਸੀਂ ਬਾਈ ਜੀ ਦੇ ਮਤਲਬ ਕਿ ਉਸ 'ਤੇ ਵੇਖਿਆ ਹੋਣਾ ਮੇ ਬੀ, ਕਿਉਂਕਿ ਮੈਂ ਆਲਰੇਡੀ ਇੱਕ ਆਡੀਸ਼ਨ ਦਿੱਤਾ ਸੀਗਾ ਵੀ ਉਹਨਾਂ ਦੀ ਇੱਕ ਫਿਲਮ ਆਈ ਸੀ ਮੂਸਾ ਜੱਟ, ਉਹਦੇ ਵਿੱਚ ਆਡੀਸ਼ਨ ਜਾਣਦੇ ਆ। ਹਾਂਜੀ, ਇੱਥੇ ਮੈਂ ਗੱਲ ਰੋਕ ਕੇ ਪਹਿਲਾਂ ਮੈਂ ਦੱਸ ਦੇਣਾ ਕਿ ਜਸਗੁਨ ਇੱਕ ਅਸਲ ਦੇ ਵਿੱਚ ਜੋ ਲੋਕ ਐਗਜ਼ੰਪਸ਼ਨਸ ਲਗਾ ਰਹੇ ਨੇ, ਜੋ ਲੋਕਾਂ ਦੇ ਥੋਟਸ ਨੇ, ਉਹ ਬਿਲਕੁਲ ਅਲੱਗ ਨੇ। ਉਹਨਾਂ ਨੇ ਉਹ ਨਾ ਫੋਟੋਆਂ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਤਾ, ਬੈਕਗਰਾਊਂਡ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਸਗੁਨ ਮਤਲਬ ਕਿ ਕੀ ਕਰਦੇ ਨੇ। ਬੇਸਿਕਲੀ ਉਹ ਮਿਊਜ਼ਿਕ ਇੰਡਸਟਰੀ ਔਰ ਫਿਲਮ ਇੰਡਸਟਰੀ ਤੋਂ ਰਿਲੇਟਡ ਨੇ, ਬਹੁਤ ਸਾਰੇ ਗਾਣਿਆਂ ਦੇ ਵਿੱਚ ਮਾਡਲਿੰਗ ਕੀਤੀ, ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਵੀ ਮਤਲਬ ਕਿ ਕੰਮ ਕੀਤਾ। ਅਤੇ ਐਜ਼ ਐਨ ਇੱਕ ਤਾਂ ਦਿਲੋਂ ਸਾਂਝ ਹੋ ਜਾਂਦੀ ਜਿਵੇਂ ਇੱਕ ਫੈਨ ਹੈ ਨਾ, ਅਤੇ ਦੂਜੇ ਪਾਸੇ ਇੱਕ ਆਰਟਿਸਟ ਵਾਲੀ ਸਾਂਝ ਹੁੰਦੀ ਹੈ ਨਾ। ਅਤੇ ਉਸ ਤਰੀਕੇ ਦੇ ਨਾਲ ਉਹ ਮਿਲਣਗੇ, ਅਤੇ ਉਸ ਤੋਂ ਬਾਅਦ ਸੀਨ ਕੁਝ ਹੋਰ ਹੀ ਬਣ ਗਿਆ। ਆਪਾਂ ਬਾਕੀ ਗੱਲ ਸਾਰੀ ਜਾਣਦੇ ਹਾਂ ਕਿ ਕਿਉਂਕਿ ਜਦੋਂ ਗੱਲ ਚੱਲ ਰਹੀ ਸੀ ਤੁਸੀਂ ਦੱਸਿਆ ਕਿ ਹੈ ਨਾ ਮੂਸਾ ਜੱਟ ਦੇ ਆਡੀਸ਼ਨ ਦੇ ਤੁਸੀਂ ਦਿੱਤਾ ਸੀਗਾ। ਹਾਂਜੀ, ਸੋ ਮੇਨ ਲੀਡ ਵਾਸਤੇ ਸੀਗਾ ਜਾਂ ਕੋਈ ਸਪੋਰਟਿੰਗ ਵਾਸਤੇ? ਨਹੀਂ, ਦੈਟ ਇਜ਼ ਫੋਰ ਮੇਨ ਲੀਡ, ਉਹ ਮੇਨ ਲੀਡ ਵਾਸਤੇ ਹੀ ਸੀਗਾ। ਤੇ ਉਹਨਾਂ ਨੇ ਪੂਰਾ ਫਾਈਨਲ ਕਰਤਾ ਸੀ ਹਾਲਾਂਕਿ ਮੇਰਾ ਆਡੀਸ਼ਨ, ਬਟ ਫਿਰ ਸਰਤਾਜ ਬਰਾੜ ਵਾਲਾ ਕਰੈਕਟਰ ਤੁਹਾਡਾ? ਹਾਂਜੀ, ਸਵਿਤਾਜ ਬਰਾੜ ਵਾਲਾ। ਬਟ ਫਿਰ ਕਿਤੇ ਨਾ ਕਿਤੇ ਜਾ ਕੇ ਤੁਸੀਂ ਜਾਣਦੇ ਹੋ ਰਾਜ ਬਰਾੜ ਜੀ ਦਾ ਬਹੁਤ ਉੱਚਾ ਨਾਮ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ, ਤੇ ਉਹਨੇ ਕਿਤੇ ਨਾ ਕਿਤੇ ਮਤਲਬ ਉਹਨਾਂ ਨੂੰ ਫਰਸਟ ਪ੍ਰੈਫਰੈਂਸ ਦਿੱਤੀ। ਉਹਨਾਂ ਦੀ ਖੁਦ ਦੀ ਮੂਵੀ ਚੱਲ ਰਹੀ ਸੀ ਬਾਹਰ, ਤੇ ਉੱਥੇ ਲੋਕਡਾਊਨ ਹੋਣ ਦੀ ਵਜ੍ਹਾ ਨਾਲ ਉਹਨਾਂ ਨੂੰ ਇੱਥੇ ਆਉਣਾ ਪਿਆ ਇੰਡੀਆ, ਤੇ ਉਹਨਾਂ ਨੇ ਫਿਰ ਕਹਿ ਦਿੱਤਾ ਕਿ ਮਤਲਬ ਕਿ ਇਹਨਾਂ ਨੂੰ ਕੰਸੀਡਰ ਕਰ ਲਓ, ਤੇ ਮੈਨੂੰ ਕਿਹਾ ਕਿ ਤੁਸੀਂ ਤੁਹਾਨੂੰ ਬਾਅਦ 'ਚੋਂ ਅਸੀਂ ਫਿਰ ਕਿਤੇ ਵੇਖਾਂਗੇ, ਡੋਂਟ ਵਰੀ, ਵੀ ਤੁਸੀਂ ਆਪਣਾ ਹਲੇ ਚੱਲੀ ਚੱਲੋ। ਅਤੇ ਮੈਂ ਉਹਨਾਂ ਨੂੰ ਦੱਸਿਆ ਬਾਪੂ ਜੀ ਨੂੰ ਕਿ ਬਾਪੂ ਜੀ ਇੱਦਾਂ ਦਾ ਕਰਕੇ ਵੇਖਿਆ ਹੋਣਾ। ਫਿਰ ਉਹਨਾਂ ਨੇ ਕਿਹਾ ਹਾਂਜੀ ਪੁੱਤਰ ਮੈਂ ਸਮਝ ਗਿਆ, ਮੈਂ ਦੇਖਿਆ ਹੋਇਆ ਵੀ ਤੇਰੀਆਂ ਫੋਟੋਆਂ ਆਈਆਂ ਸੀਗੀਆਂ, ਆਡੀਸ਼ਨ ਵੀ ਵੇਖਿਆ। ਫਿਰ ਉਹਨਾਂ ਨੇ ਮੈਨੂੰ ਇੱਦਾਂ ਹੱਕ ਕਰਕੇ ਵੀ ਫੋਟੋਆਂ ਖਿਚਵਾਈਆਂ, ਉਹਨਾਂ ਨੇ ਖੁਦ ਕਿਹਾ ਮੇਰੇ ਬਾਈ ਨੂੰ ਕਿ ਫੋਟੋ ਖਿੱਚ ਲਾ ਵੀ, ਬਲਕਿ ਮੈਂ ਨਹੀਂ ਕਿਹਾ, ਮੈਂ ਸਿਰਫ ਬੇਬੇ ਜੀ ਨਾਲ ਖਿਚਵਾਈਆਂ ਸੀ ਫੋਟੋਆਂ, ਠੀਕ ਹੈ, ਬਟ ਲੇਕਿਨ ਉੱਥੇ ਬਾਪੂ ਜੀ ਨੇ ਖੁਦ ਕਿਹਾ ਕਿ ਚੱਲ ਇੱਕ ਕਲਿੱਕ ਕਰ ਲੈਂਦੇ, ਸਾਰੇ ਲੋਕ ਵੀ ਕਲਿੱਕ ਕਰਦੇ ਆ ਪਿਕਚਰਸ। ਅਤੇ ਜਿੱਦਾਂ ਹੀ ਮੈਂ ਕਲਿੱਕ ਕਰਾ ਕੇ ਮੈਂ ਉੱਥੇ ਕਾਫੀ ਦੇਰ ਬੈਠ ਕੇ ਉਹਨਾਂ ਨਾਲ ਗੱਲਬਾਤ ਕਰਕੇ ਜਦੋਂ ਗਈ ਹਾਂ, ਉਹਨਾਂ ਨੂੰ ਮੈਂ ਇਹੀ ਚੀਜ਼ ਕਹੀ, ਮੈਂ ਕਿਹਾ ਬਾਪੂ ਜੀ ਜਿਹੜਾ ਸਿੱਧੂ ਮੂਸੇਵਾਲ ਦਾ ਜਨਮ ਹੋਇਆ ਤੁਹਾਡੇ ਘਰ ਇਸ ਕਰਕੇ ਹੋਇਆ ਬਿਕੋਜ਼ ਤੁਹਾਡਾ ਹੀ ਇਹੋ ਜਿਹਾ ਜੇਰਾ ਹੈਗਾ ਕਿ ਜਿਹੜਾ ਮਤਲਬ ਕਿ ਪਤਾ ਸੀ ਰੱਬ ਨੂੰ ਵੀ ਕਿਤੇ ਨਾ ਕਿਤੇ ਕਿ ਸਿੱਧੂ ਮੂਸੇਵਾਲਾ ਜੇ ਤੁਹਾਡੇ ਘਰ ਜਨਮ ਲਊਗਾ ਵੀ ਤੁਸੀਂ ਬਾਅਦ 'ਚੋਂ ਵੀ ਮਤਲਬ ਸਹਾਰ ਲਉਂਗੇ, ਨਹੀਂ ਤਾਂ ਕੋਈ ਹੋਰ ਮਾਂ ਪਿਓ ਹੁੰਦਾ। ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਮਾਂ ਪਿਓ ਥਾਪੀ ਮਾਰ ਕੇ ਮਤਲਬ ਸਟੇਜ 'ਤੇ ਕਹਿ ਸਕਣ ਕਿ ਚਲੋ ਕੋਈ ਨਾ ਤੁਸੀਂ ਜਿਉਂ ਜਾਂਦੀ ਵਾਰ ਜਦੋਂ ਮਤਲਬ ਕਿ ਪੁੱਤ ਨੂੰ ਉੱਧਰ ਸਿਵਿਆਂ ਵੱਲ ਲੈ ਕੇ ਜਾਂਦੇ ਹੋਏ ਅਤੇ ਉਦੋਂ ਪਿਓ ਥਾਪੀ ਮਾਰ ਕੇ ਆਪਣੇ ਮਤਲਬ ਕਿ ਸਾਰੇ ਉੱਥੇ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਆਏ ਹੋਏ ਨੇ ਦੇਖ ਕੇ, ਹੈ ਨਾ, ਐਡਾ ਵੱਡਾ ਜਿਗਰਾ ਦਿਖਾ। ਬਿਲਕੁਲ, ਉਹ ਚੀਜ਼ ਦਾ ਮੈਨੂੰ ਦੁੱਖ ਲੱਗਿਆ। ਐਂਡ ਇਨਫੈਕਟ ਜਦੋਂ ਹੀ ਮੈਂ ਨਿਕਲ ਗਈ ਉੱਥੋਂ, ਬਟ ਲੇਕਿਨ ਮੈਂ ਫੋਟੋ ਪੋਸਟ ਕੀਤੀ ਤਾਂ ਉਸ ਤੋਂ ਬਾਅਦ ਦੁਨੀਆ ਮੈਨੂੰ ਇੰਨੇ ਗਲਤ ਕਮੈਂਟ ਕਰ ਰਹੀ ਵਿੱਚੇ, ਮੈਨੂੰ ਮੈਂ ਉੱਤੇ ਲਿਖਿਆ ਵੀ ਹੈ ਕਿ ਹਾਂ ਵੀ ਮੈਂ ਬਾਈ ਜੀ ਦੇ ਸ਼ੋਕ 'ਤੇ ਗਈ ਸੀ ਉੱਥੇ, ਉਹਨਾਂ ਦੀ ਮਾਤਾ ਨੂੰ ਪਿਤਾ ਜੀ ਨੂੰ ਮਿਲੀ ਹਾਂ, ਵੀ ਮੈਂ ਚਾਹੁੰਦੀ ਕਿ ਸਾਰੇ ਕਲਾਕਾਰ ਭਾਈਚਾਰਾ ਇੱਕ ਵਾਰੀ ਆਉਣ ਉਹਨਾਂ ਨਾਲ ਗੱਲਬਾਤ ਕਰਨ। ਦੇਖੋ ਭੋਗ 'ਤੇ ਤਾਂ ਹਰ ਕੋਈ ਜਾ ਸਕਦਾ, ਠੀਕ ਹੈ, ਸੰਸਕਾਰ 'ਤੇ ਵੀ ਚਲੇ ਗਏ, ਬਟ ਲੇਕਿਨ ਤੁਸੀਂ ਇੱਕ ਵਾਰ ਉਹਨਾਂ ਦੇ ਅੰਦਰ ਦਾ ਦਰਦ ਤਾਂ ਵੇਖੋ, ਤੁਸੀਂ ਉਦੋਂ ਉਹਨਾਂ ਦੇ ਨਾਲ ਮਿਲੋ ਜਦੋਂ ਕੋਈ ਵੀ ਨਹੀਂ ਖੜਾ। ਤੁਸੀਂ ਹਰ ਰੋਜ਼, ਚਲੋ ਮਾਂ ਬਾਪ ਨੂੰ ਮਿਲਣਾ ਨਹੀਂ ਸੌਖਾ, ਬਟ ਤੁਸੀਂ ਹਲੇ ਵੀ ਭੀੜ ਲੱਗੀ ਹੋਈ ਸੀ ਉਹਨਾਂ ਦੇ ਘਰ, ਜਦੋਂ ਵੀ ਤੁਸੀਂ ਜਾਓਗੇ ਉਹਨਾਂ ਨੇ ਇੱਕ ਟਾਈਮ ਬੰਨਿਆ ਹੋਇਆ ਬਸ਼ੱਕ, ਬਟ ਲੇਕਿਨ ਦੁਨੀਆ ਨਹੀਂ ਹਟ ਰਹੀ। ਬਟ ਉਸ ਚੀਜ਼ ਦੇ ਮੈਨੂੰ ਇਹ ਪ੍ਰੋਬਲਮ ਹੈ ਕਿ ਦੁਨੀਆ ਸਮਝਦੀ ਨਹੀਂ ਹੈ, ਪੜ੍ਹਤਾ ਲਓ ਕਿ ਪੰਜਾਬੀ ਵਿੱਚ ਕੀ ਲਿਖਿਆ, ਨਹੀਂ ਆਉਂਦਾ ਟਰਾਂਸਲੇਟ ਕਰ ਲਓ, ਬਟ ਉਸ ਨੂੰ ਤੁਸੀਂ ਨੀਚੇ ਕਿਤੇ ਲਿਖੀ ਜਾਂਦੇ ਹੋ ਭੈਣ ਆ, ਕਿਤੇ ਲਿਖੀ ਜਾਂਦੇ ਹੋ ਵਾਈਫ ਹੈ, ਹਾਲਾਂਕਿ ਉਹਨਾਂ ਦੀ ਵਾਈਫ ਦੀ ਫੋਟੋ ਵੀ ਵਾਇਰਲ ਹੋਊਗੀ, ਬਟ ਸਟਿਲ ਤੁਸੀਂ ਮੈਨੂੰ ਤਾਂ ਨਾ ਕੰਸੀਡਰ ਕਰੋ ਵੀ ਮੈਂ ਇੱਕ ਨਿਮਾਣੀ ਜੀ ਫੈਨ ਆ ਉਹਨਾਂ ਦੀ, ਠੀਕ ਹੈ। ਹਰ ਕਿਸੇ ਨੂੰ ਇੱਕ ਹੈਗਾ ਜਸਟਿਸ ਕਿ ਹਾਂ ਵੀ ਤੁਸੀਂ ਮਤਲਬ ਫੋਟੋਆਂ ਪਾ ਦਿਓ, ਜੇ ਮੈਂ ਫੋਟੋਆਂ ਪਾਤੀ ਮੈਂ ਕੋਈ ਗਲਤੀ ਨਹੀਂ ਕੀਤੀ, ਠੀਕ ਹੈ, ਉਹਦੇ ਉੱਤੇ ਤੁਸੀਂ ਮਤਲਬ ਫੋਟੋਆਂ ਮਿਸਯੂਜ਼ ਕਰ ਰਹੇ ਹੋ, ਠੀਕ ਹੈ ਕਰ ਲਓ, ਬਟ ਲੇਕਿਨ ਲਿਖੋ ਤਾਂ ਨਾ, ਲਿਖੋ ਤਾਂ ਸੱਚ ਵੀ, ਉੱਥੋਂ ਹੀ ਕੈਪਸ਼ਨ ਚੱਕ ਲਓ ਜਿਹੜੀ ਚੱਕਣੀ ਹੈ, ਤੁਸੀਂ ਨਾ ਮਤਲਬ ਵਾਈਫ ਨਾ ਲਿਖੋ, ਬਟ ਉਸ ਚੀਜ਼ ਦਾ ਮੈਨੂੰ ਦੁੱਖ ਲੱਗਿਆ। ਬਾਕੀ ਤੁਹਾਡੀ ਜਿਹੜੀ ਗੱਲ ਹੈਗੀ ਬਿਲਕੁਲ ਸਹੀ ਹੈਗੀ, ਬਹੁਤ ਸਾਰੇ ਚੈਨਲ ਜਿਹੜੇ ਹੈਗੇ ਆ ਜਿਹੜੇ ਚੱਲਦੇ ਹੈਗੇ ਆ ਉਹ ਮਿਸਗਾਈਡ ਇਸੇ ਤਰੀਕੇ ਲੋਕਾਂ ਨੂੰ ਕਰ ਦਿੰਦੇ ਹੈਗੇ, ਹੈ ਨਾ। ਅਤੇ ਮੈਂ ਈਵਨ ਕਿ ਖੁਦ ਜਦੋਂ ਤੁਸੀਂ ਪੋਸਟ ਪਾਈ, ਮੈਂ ਖੁਦ ਉਹ ਜਦੋਂ ਪੜ੍ਹਿਆ ਅਤੇ
मतलब मैं इस करके तो नहीं बोलिया कि हाँ भी मैं किसी को कुछ कह नहीं सकती, चलो ठीक है तुम मेरी यूज की फोटोग्राफ, बट लेकिन लिखन वाले तो तुम तमीज़ ना लिखो, लोग इन्ने पुठे कमेंट आ रहे, तुम मेरा पेज खोल के वेख लो, जसगुण के नाम से पेज है, इंस्टाग्राम से चैक कर लो जिथे मैं फोटो पाई हैं बेबे तो बापू के नाल, ठीक है उत्थे यही कमेंट ने, फेम है ये है, झूठ बोलती है, ये घर वाली है, ये इदा है, मतलब हालांकि मैं एक्सप्लेन भी किया, मैं बई जी प्लीज़ तुम उत्ते जाके पहला कैप्शन पढ़ लो, तुम्हें पता लग जूगा भी की लिखा हो। उस तो बाद परिवार के नाल नहीं गलबात हुई, ज मतलब कि परिवार ने नहीं कहा कि गलत जो एक खबर फैल रही है बारे तुसी क्लेरिफिकेशन दो, जा परिवार ना कोई गलबात हुई इस बारे? मेरे परिवार ना हाँ गलबात हुई सी, डैडी इनफैक्ट मतलब कि हुणे ओह छुट्टी आए हुए सी, ही इज एन आर्मी, तो उन्होंने कुछ टाइम भी जिम्मे तो पता है इन्नी बनवी छुट्टी होंगी है, यही नहीं कि तुम 24 घंटे घर बैठ सकते हो, मैं भी घर ही सी बठिंडे, तो उदो डैडी ने स्पैशल बोलिया कि इस बारे तू मतलब कि सोच भी आह गलत खबर सारे पासे फैल रही है, भी कम से कम तू एक स्टेटमेंट दे दे। मैं क्या हूँ मैं हर एक नहीं कह सकती कि प्लीज़ तुम आ मेरा पोस्ट हटा दो इतों या डिलीट करो, तो फिर ताई मैनू बाई जी ने कहा कि बस तू एक बार मतलब कि किसी ना किसी चैनल पर उदा ही थोड़ा जहा मतलब कि लिख के भेज दे, गलबात कर ला, मतलब पता लग जाए दुनिया नूं कि एग्जैक्टली की गल है। तो सिद्धू मूसेवाले के परिवार वालों उन्होंने माता पिता वालों कोई गलबात हुई इस बारे कि जो आ फोटो वायरल हुई उस तो बाद? नहीं उन्होंने हाले कोई गलबात नहीं, बेचारे वो तो अपने दुख विच ही ने, हाले उन्होंने दुनिया तो कुछ नहीं पता भी की चीज़ां सवाल जिथे ही थोड़े उपर खड़े हो गए उन्होंने उपर भी बहुत सारे सवाल खड़े हो जाते हैं, एक तो बंदा मेंटली पहले डिस्टर्ब होता है इस चीज़ को लेकर, है ना, जो भी किसी का जवान पुत इस तरीके है ना दुनिया तो चले जाए इन्नी मतलब कि भरी जवानी के उस तो बाद माँ प्यो का की हाल हों आप सारे जानते हैं, है ना, तो किस तरीके अपने आप को रोज़ दिलासा दे के सामभते होने, मैं कई बार तो यह गल सोचता हूँ कि इंसानियत वजों के इंसान का दिन फिर भी निकल जाता है क्योंकि जो किसी नाल मिलता है गिलदा है गलबात करता है ना, पर जो रात होंगी है तो वह रात के जोड़े 12 घंटे होंगे है ना वो किस तरीके नाल कढ़ने होंदे? बहुत औखे, बहुत ज़्यादा औखे, इनफैक्ट बापू जी ने खुद यह गल बोली है इंटरव्यू दे विच भी कि मेरा दिन तो निकल जाता तुहानू मिल के सारियां नू गलबात करके, बट रात कटनी औखी है, उस हवेली विच जाना बहुत औखा लगता जी। तो परिवार के नाल जो तुसीं मिले जिवें तुसीं दस्सिया कि मेरी 40-45 मिनट बेबे जी नाल गल हुई, तो उस तो बाद फिर उन्होंने फादर साहब नाल भी काफ़ी टाइम तुसीं बैठे है ना, तो की गल्लां बातां होईयां और किदां दीआं मतलब कि हालांकि चलो आप सारी तो गल्लां नहीं कर सकते हैं कि बहुत सारिया चीज़ा परसनल होंदियां ने, पर मतलब कि किस तरीके दीआं गल्लां होईयां उन्हां दा किन्ना क, क्योंकि अज भी जे लोग कहिंदे आ कि सल्यूट करदे आ उन्हां दे माता पिता नूं कि उन्हां दा जिगरा देख के, है ना, कि उन्हां दे विच वाकई बहुत ज़्यादा वड्डा जिगर है, कल जदों उन्हां ने टैटू बनवाए है ना तो फादर और मदर ने वो चीज़ देख के सारे नूं बहुत इंस्पिरेशन मिली कि बच्चे बहुत देखे ने ना पेरेंट्स बनवाते हुए कि अज पेरेंट्स बनवा रहे ने, है ना, तो जो उन्होंने माता जी ने भी है ना कि सेहरा बनिया तो उत्थे जो माहौल सीगा वो सारिया चीज़ों देख के लोग कहते हैं कि वाकई बहुत रब्बी रूपी जिहड़ा परिवार सीगा है। एग्जैक्टली रब रूपी सी, हुण तुसीं खुद सोचो एक बच्चा जिहड़ा हले मतलब कि हालांकि छोटा ही आ, इन्नी भी एज है नहीं सी उहदी कि बहुत ज़्यादा वड्डा सी, तो उन्होंने मतलब किन्नी समझ सी हर चीज़ की, उन्हें वो कलम च किन्नी जान सी कि उन्हें हर चीज़ इन्ने वधिया शब्दावली इन्नी वधिया तरीके नाल परोई हर चीज़ वो सिस्टमैटिक वे ना कीता, हुण तुसीं उहदे किन्ने भी गाने सुन लो 295 सुन लो SYL सुन लो या कोई भी लेजेंड सुन लो किसी भी गाने चक लो, मैं कहनी पुराने तो पुराना नवे तो नवा, हर एक गाने की वर्डिंग अड्ड है, हर एक गाने के सच्चाई है, फिर भी दुनिया ताईं मिर्चां लगदियां तां करके दुनिया तुहानूं पता ही है फिर की कर रही अगे, तो जिहड़े माँ बाप वो तो बेचारे एको गल कह रहे सी बारी बारी कि हले वो न्याणा सी उन्हूं हले समझ नहीं सी, सिद्धू ने खुद बोलिया कि माँ हुण नहीं मैं किसी नाल मतलब गलबात करदा इदां पुट्ठा रूड नहीं बोलता भी हुण मैनूं समझ लग गई है, क्योंकि हालांकि मैरिज भी होने वाली सी उन्हां दी, इस करके उन्होंने खुद ही क्लैरिफिकेशन दिता सी अपनी मम्मा नूं कि हाँ भी मतलब मैं हुण बहुत समझदार बच्चा बन के भी अपने काम वल फोकस करांगी, फालतू लोगों नूं एंटरटेन नहीं करांगा, भी वह बड़ा छेती रिप्लाई कर देंदे सी अग्रैसिव होकर, तो वो कहते हुण मैनूं थोड़ी समझ लगी हुण मैं नहीं करूँगा, हालांकि पासपोर्ट वाली गल भी दसी सी उन्हां दी मम्मा ने उस टाइम, मैनूं भी कहते हैं कि मतलब वही पासपोर्ट दी मैं भी न्यूज़ विच भी सुनी सी कि 6 महीने पहला जिहड़ा हैगा वो पासपोर्ट मिस हो गया, हाँ जी वो वाली गल भी दसी सी, इनफैक्ट मतलब बाकी निक्की निक्की गल्लां जो जिवें वह रोटी खाने वाली किवें वह रोटी जदों खाते सीगे तो उनकी मम्मा आटा गुन के पहला रख दें, सारी गल्लां बेबे जी ने एक एक दसियां और काफ़ी इमोशनल, मासी जी भी उदों उत्थे ही सीगे, ठीक है उन्होंने बच्चे भी सके उदो उन्होंने पैर च बड़े दर्द हो रहे थे, पैर भी उन्होंने घुट रही थी, मैं उन्होंने मालिश वगैरह भी कर रही थी, बैठे हुए थे काफ़ी टाइम,
ਤੇ ਉਹਨਾਂ ਦੇ ਕਰਦੇ ਕਰਦੇ ਉਹ ਇੱਕੋ ਵਾਰੀ ਬੋਲਣ ਕਿ ਉਹਨਾਂ ਦੇ ਪੈਰ ਪੂਰੇ ਫਟੇ ਹੋਏ ਸੀ ਨੀਚੋਂ ਬਟ ਫਿਰ ਬੜਾ ਦੁੱਖ ਲੱਗਿਆ ਉਸ ਟਾਈਮ ਕਿ ਜਿਹੜੀ ਮਾਂ ਕਦੇ ਮਤਲਬ ਕਿ ਇੰਨਾ ਦੁੱਖ ਦਿੱਤਾ ਨਹੀਂ ਕਦੇ ਸਿੱਧੂ ਨੇ ਠੀਕ ਹੈ ਬਟ ਲੇਕਿਨ ਉਹਨੂੰ ਇੰਨਾ ਦੁੱਖ ਸਹਾਰਨਾ ਪੈ ਰਿਹਾ ਕਿ ਇਕੱਲੀ ਨੂੰ ਕਿ ਵਿਚਾਰੀ ਨੂੰ ਕੋਈ ਹੋਸ਼ ਹੀ ਨਹੀਂ ਵੀ ਕਿੱਥੇ ਬੈਠਣਾ ਕੀ ਕਰਨਾ ਬਸ ਜਿਹੜਾ ਆਈ ਜਾਂਦਾ ਮਿਲ ਲਓ ਹਾਲੇ ਤੁਸੀਂ ਵੇਖੋਗੇ ਉਹਨਾਂ ਦੀ ਜਿਹੜੀ ਹਵੇਲੀ ਹੈ ਉਹਦੇ ਵਿੱਚ ਪਰਸਨਲੀ ਗੱਲ ਹੈ ਹਾਲਾਂਕਿ ਸਿਰਫ ਵਾਟਰ ਕੂਲਰ ਹੁੰਦੇ ਜਿਹੜੇ ਆਉਣ ਜਾਣ ਦੇ ਲੋਕਾਂ ਨੇ ਪਾਣੀ ਪੀਣਾ ਹੋਏਗਾ ਕੁਛ ਪਰਸਨਲ ਸਮਾਨ ਨਹੀਂ ਰੱਖਿਆ ਸੀ ਸ਼ਿਫਟ ਹੀ ਨਹੀਂ ਕੀਤਾ ਸੀ ਉਹਨਾਂ ਨੇ ਪੂਰਾ ਚੰਗੇ ਤਰੀਕੇ ਨਾਲ ਕਿ ਹਾਲੇ ਕਰਨਾ ਸੀਗਾ ਉਹਨਾਂ ਨੇ ਸ਼ਿਫਟ ਤੁਸੀਂ ਦੱਸਿਆ ਕਿ ਮਾਸੀ ਜੀ ਵੀ ਉੱਥੇ ਸੀਗੇ ਅਤੇ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਇੱਕ ਗੱਲ ਇਹ ਵੀ ਸਾਹਮਣੇ ਆਈ ਸੀਗੀ ਕਿ ਸਿੱਧੂ ਮੂਸੇਵਾਲਾ ਜਿਹੜਾ ਜਾ ਰਿਹਾ ਸੀ ਜਿੱਥੇ ਉਹ ਇਹੀ ਕਹਿ ਕੇ ਗਿਆ ਸੀਗਾ ਕਿ ਮੈਂ ਮਾਸੀ ਜੀ ਵੱਲ ਚੱਲਿਆ ਉਹਨਾਂ ਦੀ ਖਬਰ ਲੈਣ ਚੱਲਿਆ ਹਾਂਜੀ ਹਾਂਜੀ ਉਹ ਬਿਮਾਰ ਸੀਗੇ ਆਈ ਗੈਸ ਤਾਂ ਹੀ ਉਹਨਾਂ ਨੂੰ ਮਿਲਣ ਜਾ ਰਹੇ ਸੀ ਬਟ ਲੇਕਿਨ ਉਹੀ ਬਾਪੂ ਜੀ ਵੀ ਨਾਲ ਜਾਂਦੇ ਅੱਜ ਤਾਂ ਸ਼ੁਕਰ ਮਨਾਵਾਂਗੇ ਕਿ ਸ਼ੁਕਰ ਹੈ ਬਾਪੂ ਜੀ ਨਹੀਂ ਗਏ ਸੀ ਨਹੀਂ ਤਾਂ ਉਹਨਾਂ ਦਾ ਵੀ ਉਹੀ ਹਾਲ ਹੋਣਾ ਸੀ ਜੋ ਸਿੱਧੂ ਦਾ ਹਾਲ ਹੋਇਆ ਵੀ ਕਮ ਸੇ ਕਮ ਮਾਤਾ ਜੀ ਨੂੰ ਸੰਭਾਲਣ ਵਾਸਤੇ ਘਰੇ ਕੋਈ ਤਾਂ ਹੈ ਜੀ ਨਹੀਂ ਜਿਵੇਂ ਹੁਣ ਸਿੱਧੂ ਮੂਸੇਵਾਲੇ ਨੇ ਆਪਣੇ ਪਿਤਾ ਜੀ ਨੂੰ ਇਹ ਗੱਲ ਕਹੀ ਕਿ ਮੈਂ ਜੂਸ ਪੀਣ ਚੱਲਿਆ ਹਾਂ ਉਸ ਤੋਂ ਬਾਅਦ ਦੇ ਵਿੱਚ ਖਬਰ ਜਿਹੜੀ ਸਾਹਮਣੇ ਆਈ ਇਹ ਗੱਲ ਕਹੀ ਸੋਸ਼ਲ ਮੀਡੀਆ ਉੱਪਰ ਕਿ ਉਹ ਆਪਣੇ ਮਾਸੀ ਨੂੰ ਮਿਲਣ ਗਿਆ ਸੀ ਆਪਣੇ ਦੋਸਤਾਂ ਦੇ ਨਾਲ ਉਹ ਇਹੀ ਕਹਿ ਕੇ ਨਿਕਲੇ ਸੀ ਨਾ ਕਿ ਮੈਂ ਥੋੜੀ ਦੇਰ ਨੂੰ ਆ ਜਾਂਦਾ ਬਟ ਬਾਪੂ ਜੀ ਨਾਲ ਜਾ ਰਹੇ ਸੀ ਤਾਂ ਉਹਨਾਂ ਨੇ ਮਨਾ ਕਰਤਾ ਕਿ ਨਹੀਂ ਤੁਸੀਂ ਨਾ ਜਾਓ ਮੈਂ ਹੁਣੇ ਆ ਗਿਆ ਵੀ ਉਹ ਇਦਾਂ ਹੀ ਨਿਕਲੇ ਸੀ ਫਰੈਂਡ ਸਰਕਲ ਦੇ ਵਿੱਚ ਵੀ ਹੁਣੇ ਆ ਜਾਂਦੇ ਬਟ ਪਤਾ ਨਹੀਂ ਫਿਰ ਤੇ ਮਾਸੀ ਜੀ ਨਾਲ ਹੋਈ ਗੱਲਬਾਤ ਫਿਰ ਬਸ ਆਹੀ ਉਸੇ ਟਾਈਮ ਜਦੋਂ ਮਾਤਾ ਜੀ ਬੈਠੇ ਸੀਗੇ ਉਹਨਾਂ ਨਾਲ ਥੋੜੀ ਬਹੁਤ ਜਿਹੜੀ ਗੱਲ ਹੋਈ ਮਾਸੀ ਨੇ ਵੀ ਹੰਗੂਰਾ ਭਰਿਆ ਮਤਲਬ ਕਿ ਉਹਦੇ ਸਾਰੇ ਅਪਸੈਟ ਸੀਗੇ ਸਿਰਫ ਮੈਂ ਮੈਨੂੰ ਲੱਗਦਾ ਕਿ ਮੈਂ ਹੀ ਬੈਠੀ ਸੀ ਉਸ ਟਾਈਮ ਮਾਸੀ ਜੀ ਸੀਗੇ ਹੋਰ ਕੋਈ ਨਹੀਂ ਸੀਗਾ ਸਾਡੇ ਕੋਲੇ ਤੇ ਉਸ ਟਾਈਮ ਉਹ ਬੜੇ ਖੁੱਲ੍ਹ ਕੇ ਗੱਲ ਕਰ ਰਹੇ ਸੀਗੇ ਬੜੇ ਪਿਆਰ ਨਾਲ ਸਾਰਾ ਕੁਝ ਦੱਸ ਰਹੇ ਸੀਗੇ ਹਰ ਚੀਜ਼ ਵੀ ਉਹੀ ਗੱਲਾਂ ਹੀ ਚੱਲ ਰਹੀਆਂ ਸੀਗੀਆਂ ਉਸ ਟਾਈਮ ਮਾਸੀ ਵੀ ਇਹੀ ਕਹਿ ਕੇ ਅਪਸੈਟ ਸੀ ਬੱਚੇ ਵੀ ਅਪਸੈਟ ਸੀ ਜਿਹੜੇ ਉਹਨਾਂ ਦੇ ਕੋਲੇ ਬੈਠੇ ਹੋਏ ਸੀਗੇ ਜੀ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਚੀਜ਼ਾਂ ਤੁਹਾਡੀਆਂ ਬਾਰੇ ਗਲਤ ਇਨਫੋਰਮੇਸ਼ਨ ਦੇ ਕੇ ਵਾਇਰਲ ਕਰਤੀਆਂ ਇਹਨਾਂ ਪਿੱਛੇ ਕੀ ਰੀਜ਼ਨਸ ਹੋ ਸਕਦੇ ਆ ਕਿਉਂ ਕਿ ਕਿਸੇ ਦੀ ਸ਼ਰਾਰਤ ਆਪਣੇ ਬੰਦੇ ਦੀ ਹੋ ਸਕਦੀ ਹੈ ਜਿਹਨੇ ਅੱਗੇ ਕਰਤਾ ਜਾਂ ਕੀ ਚੱਕਰ ਹੈਗਾ ਮੈਨੂੰ ਤਾਂ ਖੁਦ ਨਹੀਂ ਸਮਝ ਆਉਂਦਾ ਜੇ ਮੈਨੂੰ ਇੰਨੀ ਸਮਝ ਹੋਵੇ ਮੈਨੂੰ ਪਤਾ ਲੱਗ ਜੇ ਵੀ ਕਿਉਂ ਕਰ ਰਹੇ ਹੋ ਤਾਂ ਮੈਂ ਉਹਨਾਂ ਨੂੰ ਸਿਰਫ ਡਾਇਰੈਕਟ ਜਾ ਕੇ ਪੁੱਛ ਲਵਾਂ ਇਹ ਤਾਂ ਮੈਂ ਤੁਹਾਡੇ ਚੈਨਲ ਰਾਹੀਂ ਕਹਿ ਸਕਦੀ ਹਾਂ ਕਿ ਹਾਂ ਵੀ ਪਲੀਜ਼ ਮੇਰੀ ਇੰਨੀ ਹੈਲਪ ਕਰ ਦਿਓ ਵੀ ਕਿਉਂ ਉਹ ਬੇਮਤਲਬ ਦੇ ਵਿੱਚ ਝੂਠੇ ਚੀਜ਼ਾਂ ਲਿਖ ਕੇ ਟੈਗ ਕਰਕੇ ਮੈਨੂੰ ਕਹਿ ਰਹੇ ਨੇ ਕਿ ਮੈਂ ਉਹਨਾਂ ਦੀ ਵਾਈਫ ਹਾਂ ਤੁਸੀਂ ਪਹਿਲਾਂ ਇੱਕ ਵਾਰੀ ਜੇ ਤੁਸੀਂ ਪੋਸਟ ਚੱਕੀ ਹੈ ਚਲੋ ਠੀਕ ਹੈ ਸਕਰੀਨਸ਼ਾਟ ਲੈ ਲਏ ਤੁਸੀਂ ਪਹਿਲਾਂ ਮੇਰੀ ਪੋਸਟ 'ਤੇ ਜਾ ਕੇ ਵੇਖ ਲਓ ਬੰਦਾ ਤਾਂ ਲੱਭ ਲਓ ਕਿਹਦੀ ਫੋਟੋ ਆ ਬਥੇਰੇ ਥਾਂ ਪਤਾ ਲੱਗ ਜਾਂਦਾ ਇੱਦਾਂ ਅੱਗੇ ਅੱਗੇ ਸਰਚ ਕਰ ਕਰਕੇ ਵੀ ਕਿਹਦੀ ਪੋਸਟ ਵਿੱਚ ਕਿਹਨੇ ਪਾਈ ਹੋਈ ਹੈ ਤੁਸੀਂ ਉੱਥੇ ਪੜ੍ਹ ਕੇ ਉਹੀ ਚੱਕ ਲਓ ਵਰਡਿੰਗ ਤੁਸੀਂ ਜਾਂ ਤਾਂ ਵਰਡਿੰਗ ਲਿਖੋ ਹੀ ਨਾ ਤੁਹਾਨੂੰ ਜਦੋਂ ਪਤਾ ਹੀ ਨਹੀਂ ਆਪਣੇ ਫੇਮ ਦੇ ਚੱਕਰਾਂ ਦੇ ਵਿੱਚ ਦੋ ਵਿਊ ਵਧਾਉਣ ਦੇ ਚੱਕਰਾਂ 'ਚ ਉਹ ਚੱਕ ਚੱਕ ਕੇ ਕਵਰ ਲਾਈ ਜਾਂਦੇ ਚੱਕ ਚੱਕ ਕੇ ਕੁਛ ਨਾ ਕੁਛ ਪੁੱਠਾ ਸਿੱਧਾ ਜੋ ਦਿਮਾਗ 'ਚ ਆਉਂਦਾ ਉਹ ਲਿਖੀ ਜਾਂਦੇ ਇਹਨਾਂ ਨੂੰ ਨਹੀਂ ਸਮਝ ਵੀ ਕੀ ਲਿਖ ਰਿਹਾ ਕਿਸੇ ਦੀ ਦਿਲ 'ਤੇ ਕੀ ਬੀਤਰੀ ਹੋਏਗੀ ਹੁਣ ਤੁਸੀਂ ਮੇਰੇ ਘਰ ਪਰਿਵਾਰ ਫੈਮਿਲੀ ਹੈ ਉਹ ਵੀ ਇਹ ਸੋਚੀ ਪਤਾ ਨਹੀਂ ਕੀ ਕਿਉਂ ਲਿਖੀ ਜਾਂਦੀ ਹੈ ਬਿਲਕੁਲ ਤੇ ਸਿੱਧੂ ਨੂੰ ਕਦੇ ਮੁਲਾਕਾਤ ਹੋਈ ਉਹਦੇ ਨਾਲ ਸਿੱਧੂ ਨੂੰ ਮਿਲਿਆ ਸੀ ਕਦੇ ਹਾਲੇ ਨਹੀਂ ਕਿ ਜਦੋਂ ਮੂਸਾ ਜੱਟ ਜਦ ਤੁਸੀਂ ਆਡੀਸ਼ਨ ਦਿੱਤਾ ਸੀਗਾ ਆਡੀਸ਼ਨ ਤੁਸੀਂ ਨਹੀਂ ਉਹਦੋਂ ਮਿਲੀ ਨਹੀਂ ਉਹਨਾਂ ਨੂੰ ਮੈਂ ਬਸ ਇੱਕ ਵਾਰੀ ਮਤਲਬ ਕਿ ਇਦਾਂ ਹੀ ਗੱਲਾਂ ਵਿੱਚੋਂ ਗੱਲ ਹੀ ਨਿਕਲੀ ਸੀਗੀ ਥੋੜੀ ਬਹੁਤੀ ਹਾਈ ਹੈਲੋ ਹੋਈ ਬਟ ਪਰਸਨਲੀ ਜ਼ਿਆਦਾ ਟਾਈਮ ਨਹੀਂ ਮੈਂ ਮਿਲੀ ਉਹਨਾਂ ਨੂੰ ਤੇ ਮੂਸਾ ਜੱਟ ਦੇ ਆਡੀਸ਼ਨ ਵਾਸਤੇ ਕਿਵੇਂ ਅਪਰੋਚ ਹੋਈ ਸੀ ਪਤਾ ਲੱਗ ਗਿਆ ਸੀਗਾ ਜਾਂ ਕਿਸੇ ਨੇ ਰეკਮੈਂਡ ਕੀਤਾ ਸੀਗਾ ਪਤਾ ਲੱਗ ਗਿਆ ਸੀ ਰეკਮੈਂਡ ਵੀ ਕੀਤਾ ਸੀ ਐਂਡ ਇਨਫੈਕਟ ਮੈਂ ਫੋਨ ਦੇ ਥਰੂ ਹੀ ਉਹਨਾਂ ਨੇ ਜਿਵੇਂ ਮੈਨੂੰ ਕਿਹਾ ਸੀ ਜਿਸ ਲੁੱਕ ਦੇ ਵਿੱਚ ਉਹ ਪ੍ਰੋਪਰ ਲੁੱਕ ਮਤਲਬ ਮੈਂ ਬਣਾ ਕੇ ਆਪਣਾ ਆਡੀਸ਼ਨ ਦਿੱਤਾ ਮੈਂ ਤੁਹਾਨੂੰ ਸ਼ੇਅਰ ਕਰ ਦੂੰਗੀ ਤੁਸੀਂ ਜ਼ਰੂਰ ਦੇਖਣਾ ਉਹ ਕਾਫੀ ਅੱਛਾ ਆਡੀਸ਼ਨ ਸੀਗਾ ਇਟ ਵਾਸ ਵੈਰੀ ਗੁੱਡ ਬਟ ਕਰ ਲਿਆ ਸੀ ਫਾਈਨਲ ਉਹਨਾਂ ਨੇ ਉਹਦੇ ਕਰਕੇ ਹੀ ਬਟ ਲੇਕਿਨ ਫਿਰ ਉਹਨਾਂ ਨੇ ਸੁਰਜੀਤ ਨੂੰ ਹੀ ਕਹਿਤਾ ਸੁਰਤਾਜ ਹਾਂਜੀ ਸੁਰਜੀਤ ਬਰਾੜ ਜੀ ਉਹ ਕਿਉਂਕਿ ਉਹਨਾਂ ਦੇ ਲੋਕਡਾਊਨ ਹੋ ਗਿਆ ਨਾ ਉਧਰ ਲੋਕਡਾਊਨ ਹੋਣ ਤੇ ਫਿਰ ਲੋਕਡਾਊਨ ਦੇ ਵਿੱਚ ਫਿਰ ਉਹਨਾਂ ਨੂੰ ਇੱਥੇ ਆਉਣਾ ਪਿਆ ਇੰਡੀਆ ਜੀ ਤੇ ਫਿਰ ਉਹਨਾਂ ਨੂੰ ਮਿਲ ਗਿਆ ਤੇ ਹੁਣ ਜੇ ਆਪਾਂ ਕਰੰਟਲੀ ਗੱਲ ਕਰੀਏ ਜਸਗੁਣ ਦੀ ਤਾਂ ਉਸ ਟਾਈਮ ਕੀ ਕਰ ਰਹੇ ਨੇ ਹਲੇ ਫਿਲਹਾਲ ਮੈਂ ਆਪਣੇ ਆਪ ਨੂੰ ਪ੍ਰਿਪੇਅਰ ਕਰ ਰਹੀ ਹਾਂ ਹੋਰ ਅੱਗੇ ਕੰਮ ਕਰਨ ਵਾਸਤੇ ਕਿਉਂਕਿ ਮੈਂਟਲੀ ਪ੍ਰਿਪੇਅਰ ਕਰ ਰਹੀ ਬਿਕੋਜ਼ ਮੈਂ ਆਲਰੇਡੀ ਬਹੁਤ ਅਪਸੈਟ ਸੀਗੀ ਸਿੱਧੂ ਦੇ ਕਰਕੇ ਬਿਕੋਜ਼ ਇੱਕ ਤਾਂ ਇੰਨਾ ਟਾਈਮ ਵੀ ਹੋ ਗਿਆ ਐਂਡ ਜਦੋਂ ਮੈਂ ਘਰ ਸੀਗੀ ਬਠਿੰਡੇ ਸੀਗੀ ਮੈਂ ਹਾਲਾਂਕਿ ਹੁਣੇ ਚੰਡੀਗੜ੍ਹ ਆਈ ਹਾਂ ਜਿਵੇਂ ਬਟ ਲੇਕਿਨ ਮੈਂ ਬਹੁਤ ਜ਼ਿਆਦਾ ਮਤਲਬ ਨਿਕਲ ਨਹੀਂ ਪਾ ਰਹੀ ਸੀ ਉਸ ਚੀਜ਼ ਤੋਂ ਕਿਉਂਕਿ ਤੁਸੀਂ ਮੰਨੋਗੇ ਉਹਦੇ ਕਰਕੇ ਮਤਲਬ ਤੁਸੀਂ ਜਿਮ ਵੀ ਚਲੇ ਜਾਓ ਜਾਂ ਜਿੱਥੇ ਵੀ ਚਲ ਜਾਓ ਉੱਥੇ ਤੁਸੀਂ ਮਾਰਕੀਟ ਵੀ ਚਲ ਜਾਓ ਤੁਸੀਂ ਉਹਦੇ ਹੀ ਗਾਣੇ ਸੁਣੋਗੇ ਠੀਕ ਹੈ ਜੇ ਤੁਸੀਂ 10 ਗਾਣੇ ਸੁਣ ਰਹੇ ਹੋ 8 ਉਹਦੇ ਹੀ ਆਉਣੇ ਇਸ ਕਰਕੇ ਵਰਕਆਊਟ ਕਰਨ ਨੂੰ ਵੀ ਜੀ ਨਹੀਂ ਕਰਦਾ ਸੀ ਆਪਣੇ ਆਪ ਨੂੰ ਇੱਕ ਹੁੰਦਾ ਨਾ ਕਿ ਆਈਸੋਲੇਟ ਕਰ ਲਿਆ ਸੀ ਮੈਂ ਕਿ ਬਸ ਮਤਲਬ ਮੈਂ ਕਰਾਂ ਹੀ ਕੀ ਉਧਰੋਂ ਆ ਪੁੱਠੇ ਸਿੱਧੇ ਕਮੈਂਟ ਆਉਣੇ ਸ਼ੁਰੂ ਹੋ ਗਏ ਫਿਰ ਇਹ ਲੱਗਦਾ ਕਿ ਬੰਦਾ ਹੁਣ ਕਿਵੇਂ ਸਮਝਾਵੇ ਮੇਰੇ ਕੋਲ ਤਾਂ ਸਿਰਫ ਚੈਨਲਾਂ ਦੇ ਥਰੂ ਗੱਲ ਹੋ ਸਕਦੀ ਹੈ ਜਾਂ ਮਤਲਬ ਕਿ ਨਿਊਜ਼ ਪੇਪਰ ਦੇ ਥਰੂ ਗੱਲ ਹੋ ਸਕਦੀ ਹੋਰ ਕਿਸੇ ਨੂੰ ਮੈਂ ਕੁਛ ਨਹੀਂ ਕਹਿ ਸਕਦੀ ਕਿ ਪਰਸਨਲੀ ਜਾ ਜਾ ਕੇ ਕੁੰਡਾ ਖੜਕਾ ਕਰਕੇ ਬੋਲਾਂ ਕਿ ਬਾਈ ਤੁਸੀਂ ਗਲਤ ਲਿਖਿਆ ਜਾਂ ਇਹਨੇ ਗਲਤ
ਛੇਤੀ ਤੁਹਾਨੂੰ ਪਤਾ ਲੱਗ ਜਾਏਗਾ। ਚਲੋ ਹੋਪ ਤੇ ਸਾਡੇ ਵੱਲੋਂ ਬੈਸਟ ਵਿਸ਼ਿਸ ਵੀ ਉਹਨਾਂ ਪ੍ਰੋਜੈਕਟਸ ਦੇ ਲਈ। ਹਾਲਾਂਕਿ ਜਦੋਂ ਜਿਹੜੇ ਆਪਾਂ ਟੌਪਿਕ ਦੇ ਉੱਪਰ ਗੱਲ ਕਰ ਰਹੇ ਸੀਗੇ ਉਹ ਮਤਲਬ ਕਿ ਉਸ ਤੋਂ ਅਲੱਗ ਹਟ ਕੇ ਗੱਲ ਹੋ ਗਈ, ਬਟ ਕਲੀਅਰ ਕਰਨਾ ਬਣਦਾ ਸੀਗਾ ਕਿਉਂਕਿ ਨਾ ਬਹੁਤ ਦਿਨਾਂ ਤੋਂ ਮੈਂ ਵੀ ਦੇਖਦਾ ਸੀਗਾ ਕਿ ਇੱਕ ਫੋਟੋ ਨੂੰ ਵਾਰ-ਵਾਰ ਵਾਰ-ਵਾਰ ਹੈ ਨਾ, ਕਿਉਂਕਿ ਚਲੋ ਆਪਾਂ ਤਾਂ ਖੈਰ ਪਹਿਲਾਂ ਵੀ ਮੁਲਾਕਾਤ ਹੋਈ ਹੈ ਨਾ, ਅਤੇ ਜਿਹੜੀ ਆ ਸਿੱਧੂ ਮੂਸੇਵਾਲੇ ਦੇ ਫੈਮਿਲੀ ਵਾਲੀ ਸੀ ਪੋਸਟ, ਇਹ ਵੀ ਮੈਂ ਪਹਿਲੇ ਦਿਨ ਦੇਖ ਲਈ ਸੀਗੀ, ਬਟ ਜਦੋਂ ਦੇਖੀਆਂ ਕਿ ਹਾਂ ਇੰਨਾ ਕੁਛ ਵੀ ਕਮੈਂਟ, ਤੁਸੀਂ ਕਮੈਂਟ ਪੜ੍ਹ ਕੇ ਦੇਖੋ ਇੰਨਾ ਕੁਛ ਗਲਤ ਲਿਖਿਆ। ਹੁਣ ਮੈਂ ਇੱਕ ਇੱਕ ਨੂੰ ਐਕਸਪਲੇਨ ਕਿਵੇਂ ਕਰਾਂ ਕਿ ਤੁਸੀਂ ਪਹਿਲਾਂ ਕਹਿੰਦੇ ਕਿ ਫੇਮ ਲੈਣਾ ਫੇਮ ਲੈਣਾ, ਤੁਸੀਂ ਪਹਿਲਾਂ ਪੜ੍ਹ ਤਾਂ ਲਓ ਮੈਂ ਲਿਖਿਆ ਕਿ ਮੈਂ ਇੱਕੋ ਹੀ ਚੀਜ਼ ਬੜੀ ਕਲੀਅਰ ਮੈਨਸ਼ਨ ਕੀਤੀ ਹੈ ਕਿ ਮੈਂ ਸਾਰੇ ਜਿੰਨੇ ਵੀ ਕਲਾਕਾਰ ਭਾਈਚਾਰਾ ਉਹਨਾਂ ਨਾਲ ਗੱਲ ਇਹ ਕਹਿਣੀ ਹੈ ਕਿ ਹਾਂ ਵੀ ਤੁਸੀਂ ਜਾ ਕੇ ਉਹਨਾਂ ਦੇ ਪਰਿਵਾਰ ਦਾ ਥੋੜ੍ਹਾ ਹੌਸਲਾ ਵਧਾਓ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ, ਜਿਵੇਂ ਆਪਾਂ ਸਕੂਲ 'ਚ ਨਹੀਂ ਕਹਿ ਦਿੰਦੇ ਕਿ ਹਾਂ ਵੀ ਆਪਾਂ ਕਿਸੇ ਦੇ ਫਰੈਂਡਸ ਹੈਗੇ ਹਾਂ, ਵੀ ਫਰੈਂਡਸ ਨੂੰ ਮਿਲਾਓ, ਵੀ ਸਕੂਲ ਦੇ ਪੇਰੈਂਟਸ ਜਿਵੇਂ ਕਹਿੰਦੇ ਕਿ ਤੇਰੀ ਫਰੈਂਡ ਕੌਣ ਹੈ, ਵੀ ਹੋਰ ਫਰੈਂਡਸ ਆਉਂਦੇ ਕਿ ਨਹੀਂ, ਉਸ ਹਿਸਾਬ ਨਾਲ ਵੀ ਸਿੱਧੂ ਮੂਸੇਵਾਲੇ ਜਿਹੜੀ ਸਿੰਗਰ ਕਮਿਊਨਿਟੀ ਹੈਗੀ ਹੈ ਜਿਵੇਂ, ਅਤੇ ਆਰਟਿਸਟ ਉਹਦੇ ਮਿਲਣ ਉਹਦੇ ਪਰਿਵਾਰ ਨੂੰ ਜਿਵੇਂ ਮਿਲਣਗੇ ਉਹਨਾਂ ਦਾ ਥੋੜ੍ਹਾ ਹੌਸਲਾ ਵਧੇਗਾ ਕਿ ਹਾਂ ਵੀ ਸਾਡਾ ਮੁੰਡਾ ਮਤਲਬ ਕਿ ਹੈਗਾ ਹੈ, ਉਹਨਾਂ ਨੂੰ ਇਹ ਫੀਲ ਹੋਏਗਾ ਉਸ ਚੀਜ਼। ਬਟ ਮੈਨੂੰ ਲੱਗਦਾ ਨਹੀਂ ਕੋਈ ਜਾ ਕੇ ਖੁਸ਼ ਹੀ ਨਹੀਂ, ਬਹੁਤ ਘੱਟ ਲੋਕ ਜਾ ਰਹੇ ਨੇ ਹਲੇ। ਕੋਈ ਵੀ ਚੀਜ਼ ਮਤਲਬ ਕਿ ਵਾਇਰਲ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ, ਕਿਸੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ, ਹੈ ਨਾ, ਪਰਿਵਾਰ ਜੁੜੇ ਹੋਏ ਹੁੰਦੇ ਨੇ, ਬਹੁਤ ਸਾਰਾ ਕੁਛ ਅੱਗੇ ਫਿਊਚਰ ਦੇ ਵਿੱਚ ਬਹੁਤ ਕੁਛ ਜੁੜਿਆ ਹੋਇਆ ਹੁੰਦਾ, ਅਤੇ ਖਾਸ ਕਰ ਜਿਹੜਾ ਪਰਿਵਾਰ ਦੇ ਉੱਪਰ ਬੀਤ ਰਹੀ ਆ ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤਦੀ ਹੋਊਗੀ, ਜਿਹੜੀ ਕੁੜੀ ਦੇ ਨਾਲ ਰਿਸ਼ਤਾ ਹੋਇਆ ਸੀਗਾ ਉਹਨੂੰ ਕੀ ਫੀਲ ਹੁੰਦਾ ਹੋਊਗਾ, ਮੈਂ ਤਾਂ ਇਹ ਸੋਚਦਾ। ਅਤੇ ਇਸ ਦੇ ਨਾਲ ਮੇਰੇ ਗੱਲ ਦਿਮਾਗ 'ਚ ਆਈ ਕਿ ਉਹਨਾਂ ਦੇ ਵਿਆਹ ਬਾਰੇ ਕੋਈ ਐਸੀ ਕੋਈ ਗੱਲਬਾਤ ਤਾਂ ਨਹੀਂ ਹੋਈ ਉਸ ਟਾਈਮ? ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਵਿਆਹ ਬਾਰੇ ਤਾਂ ਬਿਲਕੁਲ, ਹਾਲਾਂਕਿ ਜਿਸ ਤਰੀਕੇ ਨਾਲ ਬੇਬੇ ਜੀ ਬੈਠੇ ਹੋਏ ਸੀ ਮੈਨੂੰ ਲੱਗ ਰਿਹਾ ਸੀ ਕਿ ਕੁਛ ਬੋਲਣਗੇ, ਬਟ ਉਹ ਕੁਛ ਇੱਦਾਂ ਦੀ ਗੱਲ ਨਹੀਂ ਕੀਤੀ ਉਹਨਾਂ ਨੇ, ਕੁਛ ਨਹੀਂ ਬੋਲਿਆ। ਬਸ ਤੁਹਾਡੀ ਤਸਵੀਰ ਦੇਖ ਕੇ ਉਧਰੋਂ ਕਿਸੇ ਵੱਲੋਂ ਤਾਂ ਨਹੀਂ ਕੋਈ ਰਿਸਪੌਂਸ ਆਇਆ ਐਸਾ ਸਿੱਧੂ ਮੂਸੇਵਾਲੇ ਦੇ ਕਿਸੇ ਵੀ ਸਰਕਲ ਦੇ ਵਿੱਚੋਂ ਕਿਸੇ ਦਾ ਕੋਈ ਆਇਆ? ਲੋਕੀ ਮੈਨੂੰ ਮਤਲਬ ਕਿ ਸਕਰੀਨਸ਼ਾਟ ਭੇਜ ਰਹੇ ਨੇ ਮੈਸੇਂਜਰ ਤੇ, ਮੈਸੇਜ ਕਰ ਕਰਕੇ ਇੰਸਟਾਗ੍ਰਾਮ ਤੇ ਵੀ ਕਿ ਪਲੀਜ਼ ਮਤਲਬ ਕਿ ਦੇਖੋ ਤੁਹਾਨੂੰ ਇੱਦਾਂ ਗਲਤ ਬੋਲ ਰਹੇ ਨੇ ਵੀ ਤੁਸੀਂ ਕਲੀਅਰ ਕਰੋ, ਬਲਕਿ ਉਹਨਾਂ ਦੇ ਕਰਕੇ ਹੀ ਮੈਂ ਇੱਥੇ ਆਈ ਹਾਂ ਵੀ ਉਹਨਾਂ ਨੇ ਮੈਨੂੰ ਜਿਹੜੇ ਫੈਨਸ ਨੇ ਸਿੱਧੂ ਮੂਸੇਵਾਲੇ ਉਹ ਸਾਰੇ ਮਤਲਬ ਮੈਨੂੰ ਲਿਖ ਰਹੇ ਨੇ ਕਿ ਭੈਣ ਜੀ ਸਿਸਟਰ ਕਰਕੇ ਈਵਨ ਸਾਰੇ ਇਹ ਬੋਲ ਰਹੇ ਨੇ ਕਿ ਮਤਲਬ ਕਈ ਹੁੰਦਾ ਨਾ ਕਿ ਆਪਾਂ ਦੀਦੀ ਨਹੀਂ ਕਿਸੇ ਨੂੰ ਕਹਿੰਦੇ ਬਹੁਤ ਛੇਤੀ, ਉਹ ਸਾਰੇ ਮੈਨੂੰ ਲਿਖ ਰਹੇ ਕਿ ਦੀਦੀ ਪਲੀਜ਼ ਤੁਸੀਂ ਕੁਛ ਬੋਲੋ, ਤੁਸੀਂ ਕਰੋ, ਤੁਹਾਡੇ ਬਾਰੇ ਗਲਤ ਬੋਲ ਰਹੇ ਨੇ। ਮੈਂ ਪਾਉਣ ਲੱਗੀ ਸੀ ਹਾਲਾਂਕਿ ਪੋਸਟ ਇੱਕ ਬਣਾ ਕੇ ਪੂਰੀ ਪ੍ਰੋਪਰ ਕਿ ਮਤਲਬ ਮੈਨੂੰ ਦੁੱਖ ਹੈ ਇਸ ਚੀਜ਼ ਦਾ ਜਿਹੜੀ ਮੇਰੀਆਂ ਫੋਟੋਆਂ ਵਾਇਰਲ ਹੋ ਰਹੀਆਂ ਗਲਤ ਤਰੀਕੇ ਦੇ ਨਾਲ, ਬਟ ਡੈਡੀ ਜੀ ਨੇ ਮਨਾ ਕਰਤਾ ਕਿ ਪੋਸਟ ਪਾਉਣ ਦਾ ਕੋਈ ਫਾਇਦਾ ਨਹੀਂ ਕਿ ਜੇ ਮੈਂ ਪੋਸਟ ਪਾਉਂਗੀ ਪਤਾ ਨਹੀਂ ਕੋਈ ਦੇਖੂਗਾ ਕਿ ਨਹੀਂ ਦੇਖੂਗਾ ਉਸ ਪੋਸਟ ਨੂੰ। ਫਿਰ ਉਹਨਾਂ ਨੇ ਇੱਕੋ ਹੀ ਸਲਾਹ ਦਿੱਤੀ ਕਿ ਉਹਨਾਂ ਨੇ ਖੁਦ ਗੱਲ ਕੀਤੀ ਦਰਸ਼ਨ ਔਲਖ ਬਾਈ ਜੀ ਦੇ ਨਾਲ ਕਿ ਮੈਂ ਉਹਨਾਂ ਨਾਲ ਗੱਲ ਕਰਦਾ ਵੀ ਉਹ ਕਿਸੇ ਚੈਨਲ ਦੇ ਥਰੂ ਮਤਲਬ ਕਹਿਲਾ ਦੇਣ ਜਾਂ ਇੱਕ ਵਾਰੀ ਇੰਟਰਵਿਊ ਕਰਵਾ ਦੇਣ ਤੇਰਾ, ਕਿ ਪਤਾ ਲੱਗ ਜੂਗਾ ਦੁਨੀਆ ਨੂੰ ਵੀ ਅਸਲੀ ਗੱਲ ਕੀ ਹੈ, ਵੀ ਸੱਚ ਕੀ ਹੈ। ਫਿਰ ਬਾਈ ਜੀ ਨੇ ਖੁਦ ਰਿਕਮੈਂਡ ਕੀਤਾ ਸੀਗਾ ਕਿ ਇੱਕ ਵਾਰੀ ਸਤਰੰਗ ਚੈਨਲ ਦੇ ਵਿੱਚ ਆ ਕੇ ਮਤਲਬ ਗੱਲ ਕਰ ਲਵਾਂ ਮੈਂ, ਤਾਂ ਮੈਂ ਇੱਥੇ ਆ ਕੇ ਗੱਲ ਕੀਤੀ, ਕੁਛ ਕਲੀਅਰ ਹੋ ਜੂਗਾ ਜੋ ਮੈਂ ਕਲੀਅਰ ਕਰਨਾ ਚਾਹੁੰਦੀ ਸੀ। ਚਲੋ ਬਹੁਤ ਵਧੀਆ ਲੱਗਿਆ ਅੱਜ ਜਸਕੁਨ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਖੈਰ ਜਿਹੜਾ ਵਿਸ਼ਾ ਸੀਗਾ ਸਾਡਾ ਅੱਜ ਦਾ ਜਿਹੜਾ ਟੌਪਿਕ ਸੀਗਾ ਉਹ ਬਿਲਕੁਲ ਬਹੁਤ ਸੈਂਸਿਟਿਵ ਸੀਗਾ ਔਰ ਬਹੁਤ ਜ਼ਰੂਰੀ ਵੀ ਸੀ। ਖੈਰ ਇਹ ਜਿਹੜੀ ਗੱਲ ਕਰਨੀ ਹੈ ਨਾ ਕਲੀਅਰ, ਕਿਉਂਕਿ ਪਰਸਨਲੀ ਕਿਉਂਕਿ ਮੈਨੂੰ ਪਰਸਨਲੀ ਤੁਹਾਨੂੰ ਜਾਣਦੇ ਹੋਣ ਕਰਕੇ ਮੇਰੇ ਖੁਦ ਦਾ ਦਿਲ ਵੀ ਸੀਗਾ ਕਿ ਨਹੀਂ ਇਹ ਗੱਲਾਂ ਦੀ ਕਲੈਰੀਫਿਕੇਸ਼ਨ ਹੋਣੀਆਂ ਜ਼ਰੂਰੀ ਨੇ, ਹੈ ਨਾ, ਕਿਉਂਕਿ ਬਹੁਤ ਸਾਰਾ ਕਰੀਅਰ ਦੇ ਉੱਪਰ ਇਫੈਕਟ ਪੈਂਦਾ ਔਰ ਬਹੁਤ ਹੋਰ ਚੀਜ਼ਾਂ ਦੇ ਉੱਪਰ ਇਫੈਕਟ ਪੈਂਦਾ, ਹੈ ਨਾ। ਸੋ ਕੋਈ ਲਾਸਟ ਦੇ ਵਿੱਚ ਮੈਸੇਜ ਦੇਣਾ ਚਾਹੁੰਦੇ ਹੋ ਆਡੀਅੰਸ ਨੂੰ? ਆਡੀਅੰਸ ਨੂੰ ਮੈਂ ਇੱਕੋ ਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਪਲੀਜ਼ ਪਹਿਲਾਂ ਕੋਈ ਵੀ ਪੋਸਟ ਵਾਇਰਲ ਕਰਨ ਤੋਂ ਪਹਿਲਾਂ ਉਹਦੀ ਜਾਂਚ ਪੜਤਾਲ ਕਰ ਲਿਆ ਕਰੋ, ਵੇਖ ਲਿਆ ਕਰੋ, ਐਵੇਂ ਮੂੰਹ ਚੱਕ ਕੇ ਮਤਲਬ ਨਾ ਕਰਦਿਆ ਕਰੋ, ਪਲੀਜ਼ ਰਿਕੁਐਸਟ ਹੈ। ਬੜਾ ਸੈਂਸਿਟਿਵ ਗੱਲ ਹੈ ਕਿ ਹਾਂ ਵੀ ਤੁਸੀਂ ਖੁਦ ਮਤਲਬ ਕਿ ਫੈਨਸ ਹੋ, ਤੁਹਾਨੂੰ ਸਭ ਨੂੰ ਪਤਾ ਕਿ ਮਤਲਬ ਮੇਰੇ ਦਿਲ 'ਤੇ ਕੀ ਬੀਤਰੀ ਹੋਣੀ ਹੈ, ਠੀਕ ਹੈ। ਮੈਂ ਖੁਦ ਮਤਲਬ ਕਿ ਵਾਰੀ ਵਾਰੀ ਇੱਕ ਇੱਕ ਜਣੇ ਨੂੰ ਨਹੀਂ ਕਹਿ ਸਕਦੀ, ਬਟ ਪਲੀਜ਼ ਮਤਲਬ ਥੋੜ੍ਹਾ ਜਿਹਾ ਨਾ ਵੀ ਚੈੱਕ ਕਰ ਲਿਆ ਕਰੋ ਵੀ ਅਗਲੇ ਬੰਦੇ ਨੇ ਕੀ ਲਿਖਿਆ ਫੇਸਬੁੱਕ 'ਤੇ, ਕੀ ਨਹੀਂ ਲਿਖਿਆ, ਫਿਰ ਤੁਸੀਂ ਅੱਗੇ ਕਮੈਂਟ ਕਰਿਆ ਕਰੋ, ਸੋਚ ਸਮਝ ਕੇ ਕਰਿਆ ਕਰੋ, ਇਹੀ ਗੱਲ ਕਹੂੰਗੀ। ਸੋ ਥੈਂਕ ਯੂ ਸੋ ਮਚ ਜਸਮਨ, ਥੈਂਕ ਯੂ ਜੀ, ਥੈਂਕ ਯੂ ਸਰ, ਫਿਰ ਮੁਲਾਕਾਤ ਕਰਾਂਗੇ। ਸੋ ਕਿਵੇਂ ਦੀ ਲੱਗੀ ਹੈ ਵੀਡੀਓ? ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਚੈਨਲ ਸਤਰੰਗ ਨੂੰ ਜਿਨ੍ਹਾਂ ਨੇ ਅੱਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ। ਮਿਲਾਂਗੇ ਗੱਲਾਂ 'ਚੋਂ ਗੱਲ ਦੇ ਅਗਲੇ ਐਪੀਸੋਡ ਦੇ ਵਿੱਚ। ਦਿਓ ਆ ਗਿਆ, ਧੰਨਵਾਦ।